ਪਲੇਅਰ ਅੱਜ ਫਿਰ ਹਾਜ਼ਰ ਹਾਂ ਪੋਟੇ ਬੋਲ ਪੇ ਦੇ ਅਗਲਾ ਐਪੀਸੋਡ ਲੈ ਕੇ। ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਡੀ ਮੁਲਾਕਾਤ ਨੇਹਾ ਮਹਾਜਨ ਨਾਲ ਕਰਵਾਈ ਜਾਏਗੀ। ਨੇਹਾ ਮਹਾਜਨ ਵੱਖਰੇ ਵੱਖਰੇ ਬਿਜ਼ਨਸ ਵਿੱਚ ਕੰਮ ਕਰਦੇ ਹਨ। ਇਹ ਕਾਲਜ ਆਫ ਆਰਟ ਚੰਡੀਗੜ੍ਹ ਤੋਂ ਇਹਨਾਂ ਨੇ BFA ਕੀਤੀ ਹੈ ਅਤੇ ਹੁਣ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿੱਚ MFA ਕਰ ਰਹੇ ਹਨ। ਬਾਕੀ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਕੰਮ ਤੋਂ ਇਲਾਵਾ ਇਹਨਾਂ ਦੀ ਜ਼ਬਾਨੀ ਸੁਣਾਈ। ਨੇਹਾ ਜੀ, ਤੁਹਾਡਾ ਸਾਡੇ ਇਨਵੀਟੇਸ਼ਨ 'ਤੇ ਵਿਰਸਾ ਵਿਆਹ ਸਟੂਡੀਓ 'ਚ ਚਾਰ ਦਾ ਸਵਾਗਤ ਹੈ। ਅੱਜ ਇੱਕ ਹੋਰ ਚੀਜ਼ ਜਿਹੜੀ ਮੈਂ ਦਰਸ਼ਕਾਂ ਨੂੰ ਇੰਟਰੋਡਿਊਸ ਕਰਨਾ ਚਾਹੁੰਦਾ, ਨੇਹਾ ਮਹਾਜਨ ਸਾਡੇ ਖੋਸਾ ਗਰੁੱਪ ਦੀ ਸਭ ਤੋਂ ਛੋਟੀ ਮੈਂਬਰ ਹੈ, ਮੇਰੇ ਦੋਸਤ ਦੀ ਬੇਟੀ ਹੈ ਅਤੇ ਸਾਡੀ ਇਹ ਖੁਸ਼ੀ ਹੈ ਕਿ ਸਾਡੇ ਬੱਚੇ ਜਿਹੜੇ ਨੇ ਸਾਡੇ ਨਾਲ ਖੜ੍ਹੇ ਹੋ ਕੇ ਕੰਮ ਕਰ ਰਹੇ ਨੇ ਅਤੇ ਉਹ ਮਾਰਕੀਟ 'ਚ ਹੈਗੇ ਨੇ। ਨੇਹਾ, ਤੁਹਾਡਾ ਜਨਮ ਕਿੱਥੇ ਹੋਇਆ, ਪਾਪਾ ਕੀ ਕਰਦੇ ਨੇ, ਮੰਮਾ ਕੀ ਕਰਦੇ ਨੇ, ਇਹ ਵਿਸਥਾਰ ਨਾਲ ਅਤੇ ਐਜੂਕੇਸ਼ਨ ਜੀ। ਮੇਰਾ ਨਾਮ ਨੇਹਾ ਮਹਾਜਨ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਦਰਸ਼ਕਾਂ ਨੂੰ। ਅਤੇ ਮੇਰਾ ਜਨਮ ਚੰਡੀਗੜ੍ਹ ਤੋਂ ਹੋਇਆ। ਮੈਂ ਬੇਸਿਕਲੀ ਮੈਂ ਜਲੰਧਰ ਦੀ ਹੈਗੀ ਹਾਂ, ਜਲੰਧਰ ਹੀ ਪੜ੍ਹੀ ਲਿਖੀ, ਜਲੰਧਰ ਹੀ ਮੇਰਾ ਵਿਰਸਾ ਜਲੰਧਰ ਤੋਂ ਹੀ ਹੈਗਾ। ਅਤੇ ਬਾਕੀ ਮੇਰੇ ਮਾਤਾ ਪਿਤਾ, ਮੇਰੇ ਪਿਤਾ ਜੀ ਪ੍ਰਿੰਸੀਪਲ ਨੇ DAV ਕਾਲਜ ਗਿੱਦੜਬਾਹਾ ਤੋਂ, ਅਤੇ ਮੇਰੇ ਮੰਮਾ ਵੀ ਪ੍ਰਿੰਸੀਪਲ ਨੇ ਆਂਗਨਵਾੜੀ ਟ੍ਰੇਨਿੰਗ ਸੈਂਟਰ ਤੋਂ। ਅਤੇ ਜਿਹੜੀ ਮੇਰੀ ਕਲਾ ਹੈ, ਮੈਂ ਇਹ ਕਹਿਣਾ ਚਾਹਾਂਗੀ ਕਿ ਸ਼ਾਇਦ ਇਹ ਮੇਰੇ ਮਾਤਾ ਪਿਤਾ ਵੱਲੋਂ ਹੀ ਮੇਰੇ ਤੋਂ ਮੈਨੂੰ ਆਈ ਹੈ ਇਹ ਕਲਾ। ਮੇਰੇ ਮੰਮਾ ਬਹੁਤ ਅੱਛੇ ਚਿੱਤਰਕਾਰ ਤਾਂ ਨਹੀਂ, ਲੇਕਿਨ ਉਹਨਾਂ ਦੀ ਸੋਚ ਵਿੱਚ ਸੀਗਾ ਕਿ ਉਹ ਇੱਕ ਬਹੁਤ ਚੰਗੇ, ਮਤਲਬ ਉਹਨਾਂ ਵਿੱਚ ਬਹੁਤ ਅੱਛੀ ਕਲਾ ਸੀਗੀ, ਲੇਕਿਨ ਉਹ ਸ਼ਾਇਦ ਉਸ ਟਾਈਮ 'ਤੇ ਨਹੀਂ, ਆਰਟ ਨੂੰ ਇੰਨੀ ਮਹੱਤਤਾ ਨਹੀਂ ਦਿੱਤੀ ਜਾਂਦੀ ਸੀ। ਅਤੇ ਮੈਂ ਕਹਿਣਾ ਚਾਹਾਂਗੀ ਕਿ ਸ਼ਾਇਦ ਉਹਨਾਂ ਦੀ ਹੀ ਦੇਣ ਹੈ ਕਿ ਮੈਂ ਇਸਨੂੰ ਪਰਖਿਆ ਅਤੇ ਮੈਂ ਆਪਣੀ ਕਲਾ ਨੂੰ ਦੁਨੀਆ ਸਾਹਮਣੇ ਲਿਆ ਰਹੀ ਹਾਂ। ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਆਰਟ ਨੂੰ ਆਪਣੀ ਆਰਟ ਨੂੰ, ਆਪਣੀ ਕਲਾ ਨੂੰ ਇੰਨਾ ਕੁ ਕੰਮ ਕਰਾਂ ਕਿ ਹਾਂ ਲੋਕ ਮੈਨੂੰ ਵੀ ਯਾਦ ਰੱਖਣ ਕਿ ਮੈਂ, ਮਤਲਬ ਮੈਂ ਵੀ ਕੁਛ ਕੀਤਾ ਹੈ ਆਰਟ ਦੀ ਫੀਲਡ 'ਚ, ਮੈਂ ਕੁਛ ਕਰ ਰਹੀ ਹਾਂ ਅਤੇ ਹਾਂ ਪੂਰੀ ਮਿਹਨਤ ਕਰ ਰਹੀ ਹਾਂ। ਸਕੂਲੀ ਤੁਹਾਡੀ ਜਲੰਧਰ 'ਚ ਹੋਈ? ਹਾਂਜੀ ਹਾਂਜੀ। ਪਲੱਸ ਟੂ? ਹਾਂਜੀ ਹਾਂਜੀ। ਪਲੱਸ ਟੂ 'ਚ ਡਰਾਇੰਗ ਸਬਜੈਕਟ ਸੀਗਾ? ਹਾਂਜੀ, 10th ਤੱਕ ਵੀ ਸੀਗਾ ਡਰਾਇੰਗ ਸਬਜੈਕਟ ਹੋਏ, ਅਤੇ ਪਲੱਸ ਵਨ ਪਲੱਸ ਟੂ ਮੈਂ ਪਾਰਟੀਕੁਲਰਲੀ ਫਾਈਨ ਆਰਟਸ, ਮਿਊਜ਼ਿਕ ਅਤੇ ਸੰਸਕ੍ਰਿਤ 'ਚ ਕੀਤੀ ਹੈ HME ਕਾਲਜ 'ਚ। ਮੈਂ ਤਿਆਰੀ ਕਰ ਰਹੀ ਸੀਗੀ ਫੈਸ਼ਨ ਟੈਕਨੋਲੋਜੀ ਦੀ, ਅਤੇ ਉੱਥੇ ਮੈਂ ਵੇਟਿੰਗ 'ਚ ਹੀ ਰਹੀ, ਹੋਇਆ ਨਹੀਂ ਉੱਧਰ। ਫਿਰ ਮੈਂ ਇੱਧਰ ਵੀ ਟਰਾਈ ਕੀਤਾ ਬੈਚਲਰਸ ਆਫ ਫਾਈਨ ਆਰਟਸ। ਉਸ ਤੋਂ ਪਹਿਲਾਂ ਮੈਂ ਆਪਣੇ HME ਦੀ ਟੀਚਰ ਮਿਸ ਸ਼ਮਾ ਮੈਮ ਦਾ ਬਹੁਤ ਥੈਂਕਫੁੱਲ ਹੈ, ਉਹਨਾਂ ਦੀ ਬਹੁਤ ਜ਼ਿਆਦਾ, ਉਹਨਾਂ ਦੀ ਸ਼ੁਕਰਗੁਜ਼ਾਰ ਹਾਂ। ਉਹਨਾਂ ਕਰਕੇ ਮੈਨੂੰ ਆਰਟ ਬਾਰੇ ਬਹੁਤ ਨੌਲੇਜ ਮਿਲੀ ਕਿ ਡਿਜ਼ਾਇਨਿੰਗ ਕੀ ਹੁੰਦੀ ਹੈ, ਸਟਿਲ ਲਾਈਫ ਕੀ ਹੁੰਦੀ ਅਤੇ ਲੈਂਡਸਕੇਪ ਕੀ ਹੁੰਦਾ। ਅਤੇ ਉਸ ਤੋਂ ਬਾਅਦ BFA ਤੋਂ ਪਹਿਲਾਂ ਮੈਂ ਅੰਮ੍ਰਿਤਸਰ 3 ਦਿਨਾਂ ਲਈ, ਸ਼ਾਇਦ ਡਾਕਟਰ ਬਲਦੇਵ ਗੰਭੀਰ ਸਰ ਨੇ, ਕਾਫੀ ਮਸ਼ਹੂਰ ਨੈਸ਼ਨਲ ਅਵਾਰਡ ਵਿਨਰ ਨੇ ਆਰਟਿਸਟ ਨੇ, ਅਤੇ ਉਹਨਾਂ ਤੋਂ ਮੈਂ ਡਰਾਇੰਗ ਦੀ ਕੁਛ ਇੱਕ ਬਰੀਕੀਆਂ ਸਿੱਖੀ। ਉਹਨਾਂ ਨੇ ਮੈਨੂੰ ਫਾਈਨ ਆਰਟ ਬਾਰੇ ਜਾਣਕਾਰੀ ਦਿੱਤੀ, ਇਸ ਫੀਲਡ ਬਾਰੇ ਹੋਰ ਅੱਛੀ ਜਾਣਕਾਰੀ ਦਿੱਤੀ ਮੈਨੂੰ, ਸਕੈਚਿੰਗ ਨਾਲ ਇੰਟਰੋਡਿਊਸ ਕਰਾਉਣਾ ਕਿ ਰੋਜ਼ ਸਕੈਚਿੰਗ ਕਰਨੀ ਚਾਹੀਦੀ ਹੈ, ਅਤੇ ਸਟਿਲ ਲਾਈਫ ਸਟਿਲ ਓਬਜੈਕਟਸ ਖੂਬ ਬਣਾਓ, ਖੂਬ ਡਰਾਇੰਗ ਕਰੋ। ਅਤੇ ਮੈਂ ਉਹ ਤਿਆਰੀ ਕੀਤੀ ਅਤੇ ਇਸ ਕਰਕੇ ਮੇਰਾ ਚੰਡੀਗੜ੍ਹ ਸਿਲੈਕਸ਼ਨ ਹੋ ਗਿਆ। ਵਹਾਂ ਪੇ ਉੱਥੋਂ ਮੈਂ ਆਪਣਾ 4 ਸਾਲ ਚੰਡੀਗੜ੍ਹ ਬਿਤਾਏ, ਅਤੇ 4 ਸਾਲਾਂ 'ਚ ਉੱਧਰ ਵੀ ਮੈਂ ਬਹੁਤ ਕੁਛ ਸਿੱਖਿਆ। ਇੱਕ ਤੋਂ ਘਰੋਂ ਬਾਹਰ ਰਹੀ, ਅਤੇ ਬਾਹਰ ਦੇ ਮਾਹੌਲ ਦਾ ਫਰਕ ਪਿਆ ਥੋੜ੍ਹਾ, ਕੁਛ ਬਹੁਤ ਖੁੱਲ੍ਹੀ ਬਾਹਰ ਜਾ ਕੇ ਕਿ ਹਾਂ ਇੱਧਰ ਮੈਂ ਸ਼ਾਇਦ ਮੈਂ ਮੇਰੀ ਆਰਟ ਇੱਧਰ ਜਲੰਧਰ ਰਹਿ ਕੇ ਦੱਬ ਜਾਂਦੀ। ਮੈਂ ਕਹਿਣਾ ਚਾਹਾਂਗੀ ਦਰਸ਼ਕਾਂ ਨੂੰ ਵੀ ਕਿ ਜੇ ਤੁਸੀਂ ਕੁਛ ਪਾਉਣਾ ਚਾਹੁੰਦੇ ਹੋ, ਤੁਹਾਨੂੰ ਥੋੜ੍ਹਾ ਨਿਕਲਣਾ ਪੈਣਾ, ਦੁਨੀਆ ਘੁੰਮਣੀ ਪੈਣੀ ਹੈ, ਦੇਖਣਾ ਪੈਣਾ ਕਿ ਹੋਰ ਜਗ੍ਹਾ 'ਤੇ ਕੰਮ ਹੋ ਕਿੱਦਾਂ ਰਿਹਾ। ਅਤੇ ਸ਼ਾਇਦ ਇਹ ਰੀਜ਼ਨ ਰਿਹਾ ਕਿ ਮੈਂ ਚੰਡੀਗੜ੍ਹ 4 ਸਾਲ ਕੱਟ ਕੇ ਮੈਂ ਕੁਰੂਕਸ਼ੇਤਰ ਵੀ ਗਈ। ਕੁਰੂਕਸ਼ੇਤਰ ਵੀ 2 ਸਾਲ ਮੇਰੇ ਹਜੇ ਚੱਲ ਰਹੇ ਨੇ ਅਤੇ ਖਤਮ ਹੀ ਹੈ ਮੇਰੀ MFA ਵੀ, ਅਤੇ ਮੈਂ ਉੱਥੇ ਵੀ ਬਹੁਤ ਕੁਛ ਸਿੱਖਿਆ ਹੈ। ਤੁਹਾਨੂੰ ਅਲੱਗ ਅਲੱਗ ਮੈਂਟੋਰ ਮਿਲਦੇ ਨੇ, ਸਿਖਾਉਣ ਲਈ ਟੀਚਰਸ ਮਿਲਦੇ ਨੇ, ਅਤੇ ਤੁਸੀਂ ਬਹੁਤ ਬਹੁਤ ਕੁਛ ਸਿੱਖ ਸਕਦੇ ਹੋ ਉਹਨਾਂ ਤੋਂ। ਅਤੇ ਮੈਂ ਆਪਣੇ ਟੀਚਰਸ ਦਾ ਵੀ ਬਹੁਤ ਸ਼ੁਕਰਗੁਜ਼ਾਰ ਹੈਗੀ ਹਾਂ। ਇੱਧਰ ਕੁਰੂਕਸ਼ੇਤਰ ਡਾਕਟਰ ਰਾਮ ਨਿਰੰਜਨ ਸਰ ਨੇ ਸਾਡੇ ਬਹੁਤ
ਬਹੁਤ ਹੀ ਅੱਛੇ ਮੈਂ ਕਹਿੰਦੀ ਹਾਂ ਚਿੱਤਰਕਾਰ ਜਿਨ੍ਹਾਂ ਨੂੰ ਮੈਂ ਪਰਸਨਲੀ ਬਹੁਤ ਅੱਛਾ ਮਤਲਬ ਕਿ ਦੇਖਿਆ ਉਹਨਾਂ ਦਾ ਕੰਮ, ਮੈਂ ਖੁਦ ਉਹ ਸਾਡੇ ਨਾਲ ਰਹਿੰਦੇ ਨੇ, ਕਿੰਨੇ ਵਧੀਆ ਕਲਾਕਾਰ ਨੇ, ਚੇਅਰਪਰਸਨ ਨੇ ਉਹਦੇ ਦੇ, ਅਤੇ ਸਾਡਾ ਕੰਮ ਦੇਖ ਕੇ ਜਾਂਦੇ ਨੇ, ਮੈਨੂੰ ਬਹੁਤ ਪ੍ਰੋਤਸਾਹਨ ਕਰਦੇ ਨੇ ਕਿ ਹਾਂ ਤੁਸੀਂ ਇਵੇਂ ਕਰੋ, ਇਵੇਂ ਨਹੀਂ, ਕੋਈ ਕੁਛ ਗਲਤ ਵੀ ਕਰੀ ਹੋਵੇ ਉਹਨੂੰ ਠੀਕ ਕਰਕੇ ਜਾਣਗੇ। ਅਤੇ ਇਹ ਚੀਜ਼ ਅੱਛੀ ਲੱਗਦੀ ਹੈ ਸਿੱਖਣ ਨੂੰ, ਮਿਲਦਾ ਆਪਣੇ ਟੀਚਰਾਂ ਤੋਂ ਵੀ, ਆਪਣੇ ਗੁਰੂਆਂ ਤੋਂ ਵੀ। ਅਸੀਂ ਅੱਜ ਇਸ ਕਾਬਿਲ ਹੈਗੇ ਹਾਂ ਕਿ ਅੱਜ ਸ਼ਾਇਦ ਮੈਂ ਇੱਥੇ ਬੈਠੀ ਹਾਂ ਕਿ ਸ਼ਾਇਦ ਉਹਨਾਂ ਦੀ ਦੇਣ। ਕਾਲਜ ਆਫ ਆਰਟ ਜਦੋਂ ਸੀਗੇ ਤੁਸੀਂ, ਉੱਥੇ ਤੁਹਾਡੇ ਕਿਹੜੇ ਟੀਚਰਸ ਸੀਗੇ? ਫਾਈਨ ਆਰਟਸ ਕਾਲਜ 'ਚ ਮੈਨੂੰ ਜੋ ਮੇਰੇ ਬਹੁਤ ਅੱਛੇ ਟੀਚਰ ਰਹੇ ਨੇ ਉਹ ਸੰਜੀਵ ਸੋਨੀ ਸਰ ਸੀਗੇ, ਸਾਡੀ ਪੇਂਟਿੰਗ ਦੇ ਟੀਚਰ ਰਹੇ ਨੇ। ਉਸ ਤੋਂ ਇਲਾਵਾ ਅਨੀਤਾ ਗੁਪਤਾ ਨਾਲ ਸੀਗੇ ਅਤੇ ਪੂਰਨਿਮਾ ਨੰਦਾ ਨਾਲ ਵੀ ਸੀਗੇ, ਕਿਉਂਕਿ ਉਹਦੇ ਸਬਜੈਕਟ ਸੀਗੇ ਅਲੱਗ ਅਲੱਗ, ਸਟਿਲ ਲਾਈਫ ਸੀਗੀ ਅਤੇ ਉਸੇ ਤਰ੍ਹਾਂ ਹੀ ਅਲੱਗ ਲਾਈਫ ਸਟੱਡੀ ਸੀਗੀ ਅਤੇ ਕੰਪੋਜੀਸ਼ਨ ਸੀਗੀ, ਅਤੇ ਤਿੰਨ ਚਾਰ ਟੀਚਰਸ ਅੰਡਰ ਸੀਗੇ ਅਸੀਂ, ਅਤੇ ਉੱਧਰ ਵੀ ਮਤਲਬ ਚੰਗਾ ਰਿਹਾ। ਸੰਜੀਵ ਸੋਨੀ ਸਰ ਬਹੁਤ ਅੱਛਾ ਗਾਈਡ ਕਰਦੇ ਨੇ। ਇਸ ਤੋਂ ਇਲਾਵਾ ਮੈਂ ਅਸਥੈਟਿਕਸ ਦੀ ਗੱਲ ਕਰਾਂ ਤਾਂ ਰਵਿੰਦਰ ਸ਼ਰਮਾ ਸਰ ਸੀਗੇ, ਉਹਨਾਂ ਦਾ ਨਾਮ ਮੈਂ ਜ਼ਰੂਰ ਲਵਾਂਗੀ ਕਿ ਉਹਨਾਂ ਨੇ ਸਾਨੂੰ ਮੈਂਟਲੀ ਬਹੁਤ ਅੱਛਾ ਪ੍ਰਿਪੇਅਰ ਕੀਤਾ ਕਿ ਦੁਨੀਆ ਕੀ ਹੈਗੀ ਹੈ ਅਤੇ ਕੰਮ ਕੀ ਹੈ, ਆਰਟ ਕੀ ਹੈ, ਬਿਊਟੀ ਕੀ ਹੈ, ਨੇਚਰ ਕੀ ਹੈਗੀ ਹੈ। ਉਹਨਾਂ ਨੇ ਅਸਥੈਟਿਕਸ ਪੜ੍ਹਾਇਆ ਸਾਨੂੰ ਅਤੇ ਉਹਨੂੰ ਪੇਂਟਿੰਗ ਨਾਲ ਜੋੜਦੇ ਹੋਏ ਸਾਨੂੰ ਬਹੁਤ ਕੁਛ ਬਹੁਤ ਅੱਛਾ ਵਿੱਦਿਆ ਦਿੱਤੀ। ਮੈਂ ਇਹ ਕਹਾਂਗੀ ਉਹਨਾਂ ਬਾਰੇ। ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ ਦਰਸ਼ਕੋ ਇਸ ਦੇ ਵਿੱਚ, ਇਹਨਾਂ ਨੇ ਹੁਣੇ ਰਵਿੰਦਰ ਸ਼ਰਮਾ ਦਾ ਨਾਮ ਲਿਆ। ਰਵਿੰਦਰ ਸ਼ਰਮਾ ਸਾਡੇ ਕਾਲਜ ਆਫ ਆਰਟ ਚੰਡੀਗੜ੍ਹ ਤੋਂ ਹੀ ਹੈ, ਉੱਥੇ ਹੀ ਉਹ ਟੀਚਿੰਗ ਕਰ ਰਹੇ ਨੇ ਅਤੇ ਸਾਡੀ ਜਿਹੜੀ ਕਾਕੂਸਾ ਦਾ ਅਸੀਂ ਸ਼ੋਅ ਲਗਾਇਆ ਹੈਗਾ ਜਲੰਧਰ ਦੇ ਵਿੱਚ, ਉਹ ਉਸ 'ਚ ਸ਼ਿਰਕਤ ਕਰ ਰਹੇ ਨੇ। ਮੇਰੇ ਲਈ ਖੁਸ਼ੀ ਦੀ ਗੱਲ ਹੈਗੀ ਹੈ ਕਿ ਨੇਹਾ ਆਪਣੇ ਟੀਚਰ ਦੇ ਨਾਲ ਉਸ ਸ਼ੋਅ 'ਚ ਇਹਦੀਆਂ ਵੀ ਪੇਂਟਿੰਗਸ ਲੱਗੀਆਂ ਹੈਗੀਆਂ ਅਤੇ ਇਹਦੇ ਟੀਚਰਸ ਦੀਆਂ ਵੀ ਲੱਗੀਆਂ ਨੇ। ਉਸਦੇ ਜਿਹੜੇ ਇਹਨਾਂ ਦੇ ਟੀਚਰ ਹੈਗੇ ਨੇ ਉਹਦੀਆਂ ਵੀ, ਉਹਨਾਂ ਦੀਆਂ ਵੀ ਲੱਗੀਆਂ ਅਤੇ ਉਹਨਾਂ ਦੇ ਵੀ ਟੀਚਰਸ ਦੀਆਂ ਲੱਗੀਆਂ ਨੇ। ਸੋ ਚਾਰ ਜਨਰੇਸ਼ਨਸ ਦਾ ਜਿਹੜਾ ਗੈਪ ਹੈ ਸਾਡੀ ਕਾਕੂਸਾ ਐਗਜੀਬਿਸ਼ਨ ਦੇ ਵਿੱਚ ਜਿਹੜਾ ਵਿਰਸਾ ਵਿਹਾਰ 'ਚ ਚੱਲ ਰਹੀ ਹੈ ਅੱਜ ਕੱਲ੍ਹ, ਉਹਦੇ ਵਿੱਚ ਲੱਗਿਆ ਸੀ। ਅਤੇ ਨੇਹਾ ਨੂੰ ਜਿਹੜਾ ਐਕਸਪੀਰੀਅੰਸ ਹੋਇਆ ਹੋਏਗਾ ਉਹ ਇਹਦੇ ਇਸ ਬਾਰੇ ਸੁਣਾਂਗੇ। ਫਸਟ ਈਅਰ ਤੁਹਾਡੀ ਕਿਸਾ? ਫਸਟ ਈਅਰ ਬਹੁਤ ਅੱਛੀ ਰਹੀ ਉੱਥੇ, ਹਾਲਾਂਕਿ ਮੈਂ ਬਹੁਤ ਕੰਮ ਕੀਤਾ ਸੀ ਫਸਟ ਈਅਰ 'ਚ, ਮੈਂ ਜ਼ਰੂਰ ਕਹਿਣਾ ਚਾਹਾਂਗੀ, ਕਿਉਂਕਿ ਸਾਨੂੰ ਫਸਟ ਈਅਰ ਫਾਊਂਡੇਸ਼ਨ ਸੀਗਾ ਅਤੇ ਸਾਨੂੰ ਹਰ ਫੀਲਡ 'ਚ ਕੰਮ ਕਰਨਾ ਸੀਗਾ। ਗ੍ਰਾਫਿਕ ਵੀ ਸੀਗੀ, ਪੇਂਟਿੰਗ, ਅਪਲਾਈਡ ਦਾ ਸਾਰਾ ਕੰਮ ਸੀਗਾ, ਸਕਲਪਚਰ ਦਾ ਵੀ ਕੀਤਾ ਅਤੇ ਬਹੁਤ ਜਾਣ ਮਾਰੀ ਸੀ ਅਸੀਂ, ਕਿਉਂਕਿ ਕੈਲੀਗ੍ਰਾਫੀ ਸੀ, ਅਪਲਾਈਡ ਆਰਟ ਦਾ ਕੰਮ ਸੀਗਾ, ਡਿਜ਼ਾਇਨਿੰਗ ਦਾ। ਸ਼ਾਇਦ ਮੇਰੀਆਂ ਅੱਖਾਂ ਉਦੋਂ ਹੀ ਗਈਆਂ ਸੀ, ਮੈਂ ਵੀ ਕਹਿਣਾ ਚਾਹਾਂਗੀ ਕਿ ਮੈਨੂੰ ਪਤਾ ਨਹੀਂ ਸੀ ਮੇਰਾ ਨੰਬਰ ਅੱਖਾਂ ਦਾ ਵੱਧ ਰਿਹਾ ਜਾਂ ਮੈਨੂੰ ਚਸ਼ਮਾ ਵੀ ਲੱਗ ਰਿਹਾ ਅਤੇ ਮੈਂ ਬਹੁਤ ਕੰਮ, ਬਹੁਤ ਡਿਟੇਲਿੰਗ ਵਰਕ ਕੀਤੀ ਸੀ ਅਤੇ ਬਾਅਦ 'ਚ ਪਤਾ ਲੱਗਿਆ ਕਿ ਨੰਬਰ ਇੰਨਾ ਵੱਧ ਗਿਆ ਅਤੇ ਮੇਰੀਆਂ ਅੱਖਾਂ ਕਮਜ਼ੋਰ ਹੋ ਗਈਆਂ ਥੋੜ੍ਹੀ। ਤਾਂ ਫਸਟ ਈਅਰ 'ਚ ਇਹ ਸੀਗਾ ਕਿ ਹਰ ਕੰਮ ਕੀਤਾ, ਅਪਲਾਈ ਤਾਂ ਕੀਤਾ, ਕੈਲੀਗ੍ਰਾਫੀ ਕੀ, ਡਿਜ਼ਾਇਨਿੰਗ ਕੀਤੀ ਅਤੇ ਪੇਂਟਿੰਗ 'ਚ ਨਵੇਂ ਮੀਡੀਅਮਸ ਯੂਜ਼ ਕੀਤੇ, ਅਸੀਂ ਓਇਲਸ 'ਚ ਕੰਮ ਕਰਨਾ ਸਿੱਖਿਆ ਅਤੇ ਓਇਲਸ ਮੇਰੇ ਲਈ ਨਵਾਂ ਮੀਡੀਅਮ ਸੀਗਾ ਕਿਉਂਕਿ ਇੱਥੇ ਅਸੀਂ ਓਇਲਸ ਨਹੀਂ ਥੇ, ਅਸੀਂ ਪੇਸਟਲਸ ਯੂਜ਼ ਕਰਦੇ ਸੀ ਅਤੇ ਸਾਡਾ ਉਹ ਸਰਫੇਸ ਚੇਂਜ ਹੋਇਆ ਕੰਮ ਕਰਨ ਦਾ। ਮੈਂ ਮੀਡੀਅਮਸ ਬਹੁਤ ਟਰਾਈ ਕੀਤੇ ਹੈ, ਮੀਡੀਅਮਸ ਮੇਰੇ ਇੰਕ 'ਚ ਵੀ ਰਹੇ ਨੇ, ਅਸੀਂ ਰੋਟਰਿੰਗ ਪੈਨ ਨਾਲ ਕੰਮ ਕੀਤਾ ਹੈ। ਮੈਂ ਮਿਨੀਏਚਰ 'ਚ ਕਾਫੀ ਅੱਛਾ ਕੰਮ ਕਰ ਲੈਂਦੀ ਹਾਂ ਅਤੇ ਤਾਂ ਹੀ ਮੈਂ ਪੈਨਸਿਲ ਵੀ, ਪੈਨਸਿਲ ਕਲਰਸ ਵੀ ਕੱਢਦੀ ਰਹਿੰਦੀ ਹਾਂ ਨਾਲ ਨਾਲ, ਛੋਟੇ ਛੋਟੇ ਕੰਮ ਵੀ ਕਰਦੀ ਰਹਿੰਦੀ ਹਾਂ ਕਿ ਚਲੋ ਬਾਕੀ ਇੰਕ 'ਚ ਕੰਮ ਕੀਤਾ ਹੋਇਆ ਹੈ ਅਤੇ ਪੇਸਟਲਸ, ਡਰਾਈ ਪੇਸਟਲ ਵੀ ਕੀਤੇ ਹੈ, ਐਕਰੈਲਿਕ ਮੀਡੀਅਮ ਮੈਨੇ ਸ਼ਾਇਦ ਕੁਰੂਕਸ਼ੇਤਰ ਆ ਕੇ ਸਿੱਖਿਆ ਹੈ, ਐਕਰੈਲਿਕ ਮੈਨੇ ਚੰਡੀਗੜ੍ਹ 'ਚ ਨਹੀਂ ਕੀਆ, ਤੋ ਐਕਰੈਲਿਕ ਕੁਰੂਕਸ਼ੇਤਰ ਤੋਂ ਸਿੱਖਿਆ, ਉਹਦੀ ਦੇਣ ਹੈ ਕੁਰੂਕਸ਼ੇਤਰ ਦੀ ਅਤੇ ਉਹ ਕਾਫੀ ਅੱਛਾ ਮੀਡੀਅਮ ਹੈ। ਸੋ ਉੱਥੇ ਤੁਸੀਂ ਫਸਟ ਈਅਰ ਦੀ ਸਟਿਲ ਲਾਈਫ ਵੀ ਕੀਤੀ ਹੋਏਗੀ, ਲਾਈਫ ਐਂਡ ਕਲਚਰ ਵੀ ਕੀਤਾ ਹੈ, ਅਤੇ ਤੁਸੀਂ ਬਾਹਰ ਲੈਂਡਸਕੇਪਿੰਗ ਵਾਸਤੇ ਤੁਸੀਂ ਔਨ ਦੀ ਸਪੋਟ ਵੀ ਜਾਂਦੇ ਸੀ ਸਕੈਚਸ ਕਰਨ ਲਈ? ਹਾਂਜੀ ਹਾਂਜੀ, ਉਹ ਵੀ ਸੀਗਾ ਕਿ ਅਸੀਂ ਇੰਨਾ ਔਨ ਦੀ ਸਪੋਟ ਬਾਹਰ ਨਹੀਂ, ਲੇਕਿਨ ਹਾਂ ਆਪਣੇ ਕਾਲਜ 'ਚ ਫਰੀ ਟਾਈਮ 'ਚ ਬੈਠ ਕੇ ਅਸੀਂ ਗਰਾਊਂਡ 'ਚ ਜ਼ਰੂਰ ਬੈਠਦੇ ਸੀਗੇ ਅਤੇ ਸਾਹਮਣੇ ਲਾਈਫ ਸਕੈਚਿੰਗ ਜਾਂ ਨੇਚਰ ਸਟੱਡੀ ਕਰਨੀ, ਸਕੈਚਿੰਗ ਮੇਰੀ ਸਕੈਚਿੰਗ ਵੀ ਉੱਧਰ ਦੀ ਹੀ ਹੈਗੀ ਹੈ ਕਿ ਹਾਂ ਅਸੀਂ ਬਹੁਤ ਸਕੈਚਿੰਗ ਕੀਤੀ ਸੀ ਫਸਟ ਸੈਕਿੰਡ ਥਰਡ ਚਾਰੋਂ ਸਾਲ ਹੀ, ਕਿਉਂਕਿ ਸਬਮਿਸ਼ਨ ਵੀ ਹੁੰਦੀਆਂ ਸੀਗੀਆਂ ਅਤੇ ਉਸ ਕਰਕੇ ਕਰ ਲਿਆ ਸੀ, ਇੱਕ ਸ਼ੌਂਕ ਵੀ ਬਣ ਗਿਆ ਸੀ। ਜਿਹੜਾ ਫਸਟ ਈਅਰ ਅਤੇ ਸੈਕਿੰਡ ਈਅਰ ਦੇ ਤੁਸੀਂ ਕੀ ਫਰਕ ਮਹਿਸੂਸ ਕੀਤੇ ਫਿਰ? ਫਸਟ ਈਅਰ 'ਚ ਇਹ ਸੀਗਾ ਕਿ ਹਰ ਕੰਮ ਕੀਤਾ ਅਤੇ ਸੈਕਿੰਡ ਈਅਰ 'ਚ ਸਪੈਸੀਫਿਕਲੀ ਪੇਂਟਿੰਗ ਆ ਗਈ ਸੀਗੀ, ਬਿਲਕੁਲ ਹੀ ਖਾਲੀ ਪੇਂਟਿੰਗ ਨਾਲ ਹੀ ਅਸੀਂ ਰਿਲੇਟ ਹੁੰਦੇ ਰਹੇ। ਉਸ ਤੋਂ ਬਾਅਦ ਅਸੀਂ ਗ੍ਰਾਫਿਕਸ ਜਾਂ ਸਕਲਪਚਰ ਇਹ ਸਭ ਛੁੱਟ ਗਿਆ। ਪੇਂਟਿੰਗ ਦੀ ਤੁਸੀਂ ਗੱਲ ਕਰਦੇ ਹੋ, ਜਿਵੇਂ ਤੁਸੀਂ ਸਵਿਚ ਓਵਰ ਕੈਨਵਸ 'ਤੇ ਕਰਦੇ? ਹਾਂਜੀ ਹਾਂਜੀ, ਕੈਨਵਸ 'ਤੇ ਜਾਂ ਆਇਲ ਪੇਪਰ 'ਤੇ।
ਕੁਛ
ਕੀ ਇਜਾਜ਼ਤ ਸੀਗੀ ਉਹ ਕਰਨ ਦੀ? ਨਹੀਂ, ਸਾਨੂੰ ਛੂਟ ਸੀਗੀ ਕਿ ਟੀਚਰ ਆਹੀ ਕਹਿੰਦੇ ਸੀਗੇ ਕਿ ਤੁਸੀਂ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਬਣਾਓ, ਕਿ ਕੋਈ ਇਹੋ ਜਿਹਾ ਨਹੀਂ ਰੂਲ ਸੀਗਾ ਕਿ ਹਾਂ ਤੁਸੀਂ ਕੋਈ ਸਾਨੂੰ ਟੋਪਿਕ ਦੇ ਦਿੱਤਾ ਅਤੇ ਬਸ ਅਸੀਂ ਉਹੀ ਬਣਾਉਣਾ ਹੈ। ਮੈਂ ਉਸ ਟਾਈਮ ਅਸੀਂ ਵੀ ਕਨਫਿਊਜ਼ ਸੀਗੇ ਕਿ ਅਸੀਂ ਸਾਨੂੰ ਇੱਕ ਪਲੇਟਫਾਰਮ ਫੜਨਾ ਸੀਗਾ ਕਿ ਆਰਟ ਫੀਲਡ 'ਚ ਅਸੀਂ ਅਜੇ ਨਵੇਂ ਆਏ, ਸਾਨੂੰ ਨਹੀਂ ਪਤਾ ਸੀਗਾ ਕਿ ਕੀ ਕਰਨਾ ਅਤੇ ਕੀ ਨਹੀਂ ਕਰਨਾ। ਮੈਂ ਜ਼ਿਆਦਾਤਰ ਜਿਹੜੇ ਟੋਪਿਕ ਲਏ ਨੇ ਉਹ ਮੈਂ ਸੁਸਾਇਟੀ ਤੋਂ ਲਏ, ਕਿ ਜੋ ਸੁਸਾਇਟੀ 'ਚ ਉਸ ਟਾਈਮ ਮਾਹੌਲ ਚੱਲ ਰਿਹਾ ਸੀਗਾ ਤਾਂ ਮੈਂ ਉਹੀ ਚੀਜ਼ ਮੈਂ ਪੇਂਟ ਕਰਦੀ ਸੀ। ਅਤੇ ਬਾਕੀ ਇਹ ਰਿਹਾ ਕਿ ਮੈਂ ਜਿਵੇਂ ਸੈਕਿੰਡ ਈਅਰ 'ਚ ਗੱਲ ਕਰਾਂਗੀ ਤਾਂ ਮੈਂ ਖੁਦ 'ਤੇ ਵੀ ਕੰਮ ਕੀਤਾ ਹੈ, ਸੈਲਫ ਨੂੰ ਲੈ ਕੇ ਵੀ ਕੰਮ ਕੀਤਾ ਹੈ। ਅਸੀਂ ਟ੍ਰਿਪ 'ਚ ਜਾਂਦੇ ਸੀਗੇ, ਟ੍ਰਿਪ ਦਾ ਵੀ ਬਹੁਤ ਫਰਕ ਰਿਹਾ ਉੱਧਰ ਲੈ ਕੇ। ਸੈਕਿੰਡ ਈਅਰ ਥਰਡ ਈਅਰ ਮੈਂ 2 ਸਾਲ ਗਈਆਂ ਹੋਣਾ ਮੋਰਨਿੰਗ ਦਾ ਟ੍ਰਿਪ, ਅਤੇ ਇਹ ਸੀਗਾ ਉੱਧਰੋਂ ਆ ਕੇ ਉਹ ਸਾਨੂੰ ਕਹਿੰਦੇ ਸੀ ਤੁਸੀਂ ਜੋ ਵਿਊ ਤੁਸੀਂ ਲੈ ਕੇ ਆਏ ਹੋ ਤੁਹਾਡੇ ਮਾਇੰਡ 'ਚ ਜੋ ਹੈ ਉਹ ਚੀਜ਼ ਨੂੰ ਪੇਂਟ ਕਰਨਾ, ਅਸੀਂ ਫਿਰ ਉਹ ਚੀਜ਼ ਬਣਾਉਂਦੇ ਸੀ, ਕੁਛ ਫੋਟੋਗ੍ਰਾਫ ਤੋਂ ਦੇਖ ਕੇ ਕੁਛ ਆਪਣੇ ਮਾਇੰਡ ਤੋਂ ਲੈ ਕੇ ਅਤੇ ਉਹ ਚੀਜ਼ ਬਣਾਉਂਦੇ। ਅਸੀਂ ਉਹ ਕੰਪੋਜੀਸ਼ਨਸ ਬਣਾਈਆਂ, ਅਤੇ ਉਸ ਤੋਂ ਇਲਾਵਾ ਮੈਂ ਟੈਰਰਿਜ਼ਮ ਨੂੰ ਲੈ ਕੇ ਵੀ ਕੰਮ ਕੀਤਾ ਸੀ। ਥਰਡ ਈਅਰ 'ਚ ਅਸੀਂ ਸੀਗੇ ਤਾਂ ਸ਼ਾਇਦ ਸੈਕਿੰਡ ਈਅਰ 'ਚ ਉਹ ਮੁੰਬਈ ਅਟੈਕ ਹੋਇਆ ਸੀਗਾ, ਤਾਜ 'ਤੇ ਜਿਹੜਾ ਬੰਬ ਗਿਰਿਆ ਸੀ, ਮੈਂ ਉਸਨੂੰ ਟੈਰਰ ਨੂੰ ਲੈ ਕੇ ਮੈਂ ਇੱਕ ਪੇਂਟਿੰਗ ਬਣਾਈ ਸੀ। ਅਤੇ ਇਸ ਤੋਂ ਇਲਾਵਾ ਫੋਰਥ ਈਅਰ 'ਚ ਮੇਰਾ ਕੰਮ ਨੂੰ ਉਸ ਕੰਮ ਨੂੰ ਬਹੁਤ ਸਰਾਹਨਾ ਮਿਲੀ ਜਿਹੜੀ ਮੈਂ ਲੈਟਰ ਬੋਕਸ ਨੂੰ ਲੈ ਕੇ ਕੰਮ ਕੀਤਾ ਸੀ। ਹਾਂਜੀ ਹਾਂਜੀ, ਉਹ ਲੈਟਰ ਬੋਕਸ ਨੂੰ ਮੈਂ ਅੱਜ ਕੱਲ੍ਹ ਦੇ ਟਾਈਮ ਨਾਲ ਰਿਲੇਟ ਕੀਤਾ ਹੈ ਕਿ ਅੱਜ ਕੱਲ੍ਹ ਅਸੀਂ ਚਿੱਠੀਆਂ 'ਤੇ ਭੁੱਲ ਹੀ ਗਏ ਨੇ ਸਭ ਲੋਕ, ਕਿ ਚਿੱਠੀ ਵੀ ਪਾਈ ਜਾਂਦੀ ਹੈ ਕਿਉਂਕਿ ਫੋਨਸ ਨੇ ਮੈਸੇਜ ਨੇ, ਉਹ ਮੈਂ ਮੈਸੇਜ ਨੂੰ ਉਸ ਢੰਗ ਨਾਲ ਮੈਂ ਦਿਖਾਇਆ ਲੈਟਰ ਬੋਕਸ ਦੇ ਥਰੂ, ਚਾਰਜਰ ਬਣਾ ਕੇ ਉਹ ਕੰਮ ਕਾਫੀ ਸਰਾਹਿਆ ਗਿਆ ਉਸ ਟਾਈਮ, ਕਿ ਵਧੀਆ ਕੰਮ ਸੀਗਾ, ਥੋੜ੍ਹਾ ਰਿਅਲਿਸਟਿਕ ਵੀ ਸੀ। ਇਸ ਤੋਂ ਇਲਾਵਾ ਮੈਂ ਨੇਚਰ ਨੂੰ ਲੈ ਕੇ ਬਹੁਤ ਕੰਮ ਕੀਤਾ ਹੈ। ਨੇਚਰ 'ਚ ਮੈਂ ਪੰਛੀਆਂ ਨੂੰ ਲੈ ਕੇ, ਕਲਰਸ ਆਫ ਲਾਈਫ ਮੇਰਾ ਉਸਦਾ ਥੀਮ ਸੀਗਾ, ਇੱਕ ਪੰਛੀ ਦੇ ਮਾਧਿਅਮ ਮੈਂ ਇੱਕ ਜ਼ਿੰਦਗੀ ਦੇ ਰੰਗਾਂ ਨੂੰ ਦਿਖਾਇਆ ਸੀ, ਉਹ ਕੰਮ ਮੈਂ ਕੀਤਾ। ਅਤੇ ਉਸ ਟਾਈਮ ਇਹ ਸੀਗਾ ਕੋਈ ਇੱਕ ਸੀਰੀਜ਼ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਨਹੀਂ ਸੀਗੀ, ਕਿਉਂਕਿ ਸਾਨੂੰ ਅਸੀਂ ਲਾਈਫ ਸਟੱਡੀ ਵੀ ਕਰਦੇ ਸੀ, ਪੋਰਟਰੇਟ ਵੀ ਕਰਦੇ ਸੀ, ਅਤੇ ਪੋਰਟਰੇਟ ਵੀ ਮੈਂ ਉੱਥੋਂ ਬਹੁਤ ਅੱਛਾ ਸਿੱਖਿਆ, ਓਇਲਸ 'ਚ ਪੋਰਟਰੇਟ ਸਿੱਖਿਆ ਅਤੇ ਪੈਨਸਿਲ 'ਚ ਵੀ ਮੈਂ ਕਰਦੀ ਸੀ। ਅਸੀਂ ਅਲੱਗ ਅਲੱਗ ਮੀਡੀਅਮ 'ਚ ਡਰਾਈ ਪੇਸਟਲਸ ਨਾਲ, ਓਇਲ ਪੇਸਟਲਸ ਨਾਲ ਬੜੀਆਂ ਸ਼ੀਟਾਂ 'ਤੇ ਪੋਰਟਰੇਟ ਕੀਤੇ ਹੈ, ਅਤੇ ਪੋਰਟਰੇਟ ਉੱਥੇ ਸਿੱਖਿਆ, ਕਿਉਂਕਿ ਫਿਰ ਸੀਰੀਜ਼ ਦਾ ਕੋਈ ਉਹ ਨਹੀਂ ਰਿਹਾ ਉੱਧਰ। ਸੀਰੀਜ਼ ਜਿਹੜੀ ਮੇਰੀ ਸੀਰੀਜ਼ ਬਣੀਆਂ ਨੇ ਉਹ ਮੈਂ ਇੱਧਰ ਗੁਰੂਕਸ਼ੇਤਰ ਆ ਕੇ ਕਰਾਂ, ਕਿਉਂਕਿ ਇਸ 'ਚ ਨਾ ਕੋਈ ਲਾਈਫ ਸਟੱਡੀ ਹੈ ਨਾ ਕੁਛ ਹੈ, ਸਿਰਫ ਕੰਪੋਜੀਸ਼ਨਸ ਬਣਾ ਕੇ। ਸਾਨੂੰ ਸਲਾਨਾ 18 ਕੰਪੋਜੀਸ਼ਨਸ ਦੇਣੀਆਂ ਨੇ ਔਰ ਕੈਨਵਸ, ਅਤੇ 50 ਲੇਆਊਟਸ, ਅਤੇ ਨਾਲੇ ਕੁਛ ਸਕੈਚਸ ਦਿਖਾਉਣੇ ਨੇ। ਅਤੇ ਇੱਧਰ ਕੰਮ ਬਹੁਤ ਹੈ ਕਿ ਅਸੀਂ ਆਪਣੀ ਆਰਾਮ ਨਾਲ ਇੱਕ ਸੀਰੀਜ਼ ਬਣਾ ਸਕਦੇ ਹਾਂ, ਸਾਲ 'ਚ ਕੋਈ ਸੀਰੀਜ਼ ਬਣਾ ਲਓ ਜਾਂ ਕੋਈ ਕਿੰਨੇ ਕੰਮ ਇਕੱਠੇ ਹੋ ਜਾਂਦੇ ਹੈ, ਅਤੇ ਕਿੱਦਾਂ ਵੀ ਹੈ। ਹੁਣ ਜਿਹੜਾ ਤੁਸੀਂ ਜਦੋਂ ਤੁਸੀਂ ਕੀਤਾ ਸਪੈਸ਼ਲਾਈਜ਼, ਤੁਹਾਡੇ ਬੀ ਐੱਫ ਏ ਖਤਮ ਹੋ ਗਈ, ਤੁਸੀਂ ਸਪੈਸ਼ਲਾਈਜੇਸ਼ਨ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਐਡਮਿਸ਼ਨ ਕੀਤੀ, ਹੁਣ ਉੱਥੇ ਅੱਜ ਕੱਲ੍ਹ ਤੁਸੀਂ ਕਿਸ ਤਰੀਕੇ ਦਾ ਕੰਮ ਤੁਹਾਨੂੰ ਕੰਸਲਟੇਸ਼ਨ ਕੀਤਾ ਜਾਂਦਾ ਹੁਣ, ਕਿਉਂਕਿ ਉਹ ਮੈਨਿਊ ਛੋਟੇ ਕਾਗਜ਼ਾਂ ਦਿੱਤਾ ਨੇ ਉਹਦਾ ਤੁਸੀਂ ਬਿਗਰ ਸਾਈਜ਼ 'ਤੇ ਚਲੇ ਗਏ, ਉਸਦੇ ਵਿੱਚ ਤੁਸੀਂ ਹੁਣ ਐਕਰੈਲਿਕ ਦਾ ਜਿਹੜਾ ਜ਼ਿਕਰ ਕੀਤਾ ਉਹਨੂੰ ਤੁਸੀਂ ਕਿੱਦਾਂ ਇਸਤੇਮਾਲ ਕਰਦੇ ਹੋ? ਐਕਰੈਲਿਕ ਨੂੰ ਮੈਂ ਵਾਟਰ ਕਲਰ ਦੀ ਤਰ੍ਹਾਂ ਇਸਤੇਮਾਲ ਕਰ ਰਹੀ ਹਾਂ ਉਹਦਾ। ਮੈਂ ਜਿਵੇਂ ਕਹਿੰਦੇ ਹਾਂ, ਅਸੀਂ ਤਾਂ ਉਹਦੇ ਮਜ਼ਾਕ ਵੀ ਲੈਂਦੇ ਹਾਂ ਕਿ ਕਿੰਨਾ ਕਲਰ ਥੋਪ ਦਿੰਦੇ ਹਾਂ ਅਤੇ ਬਾਅਦ 'ਚ ਉਹਨੂੰ ਲਾ ਦਿੰਦੇ ਹਾਂ, ਵਾਸ਼ ਆਊਟ ਕਰ ਦਿੰਦੇ ਹਾਂ ਅਸੀਂ, ਕਲਰ ਕੁਲਰ ਲਗਾ ਕੇ ਉਹਨੂੰ ਵਾਸ਼ ਆਊਟ ਕਰਦੇ ਅਤੇ ਉਹ ਆਪਣਾ ਵੀ ਟੈਕਸਚਰ ਆਉਂਦਾ ਪੇਂਟਿੰਗ, ਉਹਨੂੰ ਸੁੱਕਣ ਦਿੰਦੇ ਹਾਂ, ਫਿਰ ਦੁਬਾਰਾ ਉਸ 'ਚ ਕਲਰ ਅਪਲਾਈ ਕਰਦੇ ਹਾਂ, ਫਿਰ ਉਹਨੂੰ ਵਾਸ਼ ਆਊਟ ਕਰ ਦਿੰਦੇ ਹਾਂ, ਅਤੇ ਫਿਰ ਬਾਅਦ 'ਚ ਡਰਾਇੰਗ ਕਰਕੇ ਫਿਰ ਉਸ ਡਰਾਇੰਗ ਨੂੰ ਉਹਨਾਂ ਦੇ ਓਪੋਜਿਟ ਕਲਰਸ ਲੈ ਕੇ ਅਸੀਂ ਡਰਾਇੰਗ ਨੂੰ ਨਿਕਾਲਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਉਹ ਸਟਾਈਲ ਹੈਗਾ ਇਸ 'ਚ ਮੈਂ ਕੈਲੀਗ੍ਰਾਫੀ ਵੀ ਯੂਜ਼ ਕਰਦੀ ਹਾਂ, ਕਿ ਰਾਈਟਿੰਗਸ ਲਿਖਦੀ ਹਾਂ, ਸ਼ਲੋਕ ਹੈਗੇ ਨੇ ਕੁਛ ਸ਼ਲੋਕ ਐਡ ਕਰਕੇ ਬੈਕਗਰਾਊਂਡ 'ਚ, ਅਤੇ ਉਹਨੂੰ ਵੀ ਛੁਪਾ ਦਿੰਦੀ ਹਾਂ ਥੋੜ੍ਹਾ ਥੋੜ੍ਹਾ, ਕਿਤੇ ਨਜ਼ਰ ਆਉਂਦਾ ਕਿਤੇ ਛੁਪ ਜਾਂਦਾ, ਅਤੇ ਉਹ ਵਾਲਾ ਅਪਲਾਈ ਕਰਕੇ ਉਹ ਮੈਂ ਕੰਮ ਉਸ ਤਰ੍ਹਾਂ ਦਾ ਕਰਦੀ ਹਾਂ। ਮਿਨੀਏਚਰ ਦੇ ਕੁਛ ਐਲੀਮੈਂਟਸ ਲੈ ਕੇ, ਆਬਜੈਕਟਸ ਲੈ ਕੇ ਉਹ ਐਡ ਕਰਦੀ ਹਾਂ। ਨੌਰਥ ਇੰਡੀਆ ਦੇ ਵਿੱਚ ਵਾਸ਼ ਪੇਂਟਿੰਗ ਦਾ ਬਹੁਤ ਰੁਝਾਨ ਰਿਹਾ, ਸਭ ਤੋਂ ਜ਼ਿਆਦਾ ਖੂਬਸੂਰਤ ਕੰਮ ਕੀਤਾ ਹੈ ਲਖਨਊ ਸਕੂਲ ਆਫ ਆਰਟ ਨੇ, ਉੱਥੇ ਬਦਰੀ ਨਾਰਾਇਣ ਜੀ ਸੱਜਣ ਹੁੰਦੇ ਸੀ, ਉਹ ਡਬਲ ਐਲੀਫੈਂਟ ਸਾਈਜ਼ ਦੇ ਹੈਂਡਮੇਡ ਸ਼ੀਟਸ ਉੱਤੇ ਕੰਮ ਕਰਦੇ ਸੀਗੇ। ਜਦੋਂ ਵੀ ਕਿਤੇ ਮੌਕਾ ਮਿਲਦਾ ਹੈ ਤਾਂ ਉਹਦੇ ਸਟੇਸ਼ਨ ਦੇ ਉੱਤੇ ਬਾਹਰ ਵਿਦਿਆ ਰੰਗਸ਼ਾਲਾ ਹੈ, ਉੱਥੇ ਸਕੂਲ ਜਿਹੜਾ ਲਖਨਊ ਸਕੂਲ ਹੈ ਉਹਦੇ ਕੋਰੀਡੋਰ ਭਰੇ ਹੈਗੇ ਸੀਗੇ ਉਹਨਾਂ ਦੇ। ਸੋ ਸਾਡੇ ਪੰਜਾਬ ਸਕੂਲ 'ਚ ਵੀ ਜਿੱਦਾਂ ਕਾਲਜ ਆਫ ਆਰਟ ਦੇ ਵਿੱਚ ਪ੍ਰਿੰਸੀਪਲ ਸੀਗੇ ਬੰਗਾਲੀ ਸੀਗੇ, ਮਗਰ ਉਹਦਾ ਜ਼ਿਆਦਾ ਸਮਾਂ ਪੰਜਾਬ ਵਿੱਚ ਗੁਜ਼ਰਿਆ, ਉਹਨਾਂ ਦੀ ਵਾਸ਼ ਟੈਕਨੀਕ ਬੜੀ ਅੱਛੀ ਸੀਗੀ, ਉਹਨਾਂ ਨੇ ਅਜੰਤਾ ਅਲੋਰਾ ਨੂੰ ਸਕੈਚ ਕੀਤੇ ਸੀਗੇ, ਪੇਂਟ ਕੀਤਾ ਸੀਗਾ, ਬਿਕੋਜ਼ ਉਹਦੇ ਫਾਦਰ ਦਿੱਲੀ ਸੀਗੇ,
ਉੱਥੇ ਬਾਅਦ ਸ਼ਾਦਾ ਵਕੀਲ ਬਾਦਰ ਵਕੀਲ ਦੇ ਕੋਲ ਉੱਥੇ ਸਟੱਡੀ ਕੀਤੀ ਉਹਨਾਂ ਨੇ ਐਂਡ ਫਿਰ ਜ਼ਿਆਦਾ ਸਮਾਂ ਉਹਨਾਂ ਪੰਜਾਬ ਵਿੱਚ ਗੁਜ਼ਰਿਆ ਸੀ ਸੋ ਉਹਨਾਂ ਨੇ ਵੀ ਉਹ ਟੈਕਨੀਕ ਲੈ ਕੇ ਬਹੁਤ ਸੋਹਣਾ ਕੰਮ ਕੀਤਾ ਸੀਗਾ ਸੋ ਵਾਸ਼ ਟੈਕਨੀਕ ਜਿਹੜੀ ਹੈਗੀ ਹੈ ਨੌਰਥ ਇੰਡੀਆ ਦੀ ਅੱਛੀ ਗਿਣੀ ਜਾਂਦੀ ਹੈਗੀ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਵੀ ਤੁਸੀਂ ਇਹਨੇ ਸਾਰੇ ਇਸ ਕੰਮ ਕੀਤਾ ਹੈ ਹੁਣ ਅਸੀਂ ਤੁਹਾਡਾ ਥੋੜ੍ਹਾ ਥੋੜ੍ਹਾ ਕੰਮ ਵੀ ਦੇਖਦੇ ਰਹੀਏ ਨਾਲ ਨਾਲ ਤਾਂ ਵੀ ਨਾਈਸ ਇਹ ਤੁਹਾਡਾ ਪੋਰਟਰੇਟ ਇਹ ਮੈਂ ਥਰਡ ਈਅਰ 'ਚ ਸ਼ਾਇਦ ਬਣਾਇਆ ਸੀ ਆਪਣੀ ਛੁੱਟੀਆਂ 'ਚ ਮੈਂ ਬਹਿ ਕੇ ਇਹਨਾਂ ਦਾ ਇੱਕ ਫੋਟੋਗ੍ਰਾਫ ਪੜ੍ਹੀ ਪਈ ਸੀ ਮੇਰੇ ਕੋਲ ਅਤੇ ਮੈਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਚਲੋ ਇਹ ਮੈਨੂੰ ਵੈਸੇ ਵੀ ਬਹੁਤ ਪਸੰਦ ਨੇ ਇਹ ਤੁਸੀਂ ਦੇਖ ਰਹੇ ਹੋ ਇਹ ਸਾਰਾ ਬਾਰਿਸ਼ ਦਾ ਕਰਾਮਾਤ ਹੈ ਕਿਸਾਨਾਂ ਦੀ ਜਿਹੜੀ ਹਾਲਤ ਹੈਗੀ ਹੈ ਮੈਂ ਉਹਨੂੰ ਦਿਖਾਇਆ ਇਹ ਵੀ ਮੈਂ ਨਿਊਜ਼ ਪੇਪਰ 'ਚ ਕਟਿੰਗ ਸੀਗੀ ਫੋਟੋਗ੍ਰਾਫ ਸੀਗੀ ਅਤੇ ਮੈਂ ਉਸਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਦੀ ਕੀ ਹਾਲਤ ਇਹ ਵੀ ਮੈਂ ਫ੍ਰੀ ਟਾਈਮ 'ਚ ਬਹਿ ਕੇ ਇਹ ਮੈਂ ਛੁੱਟੀਆਂ 'ਚ ਕੰਮ ਕਰਦੀ ਹਾਂ ਜਿਹੜੇ ਆਰਾਮ ਨਾਲ ਕਰਨ ਵਾਲੇ ਨੇ ਜੂਨ ਜੁਲਾਈ ਦੀ ਮੌਸਮ 'ਚ ਛੁੱਟੀ ਇਹ ਜਦੋਂ ਅੰਨਾ ਹਜ਼ਾਰੇ ਦਾ ਟਾਈਮ ਆਇਆ ਸੀ ਮੰਸ਼ਨ ਦਾ ਤਾਂ ਮੈਂ ਉਸ ਟਾਈਮ ਉੱਤੋਂ ਇੰਸਪਾਇਰ ਹੋ ਕੇ ਮੈਂ ਆਹ ਪੋਰਟਰੇਟ ਬਣਾਇਆ ਸੀ ਇਹ ਸੁਭਾਸ਼ ਚੰਦਰ ਬੋਸ ਨੇ ਉਹਨਾਂ ਦੀ ਓਰੀਜਨਲ ਪਿਕ ਹੈ ਜ਼ਿਆਦਾਤਰ ਸੁਭਾਸ਼ ਚੰਦਰ ਬੋਸ ਨੂੰ ਟੋਪੀ 'ਚ ਦੇਖਿਆ ਜਾਂਦਾ ਹੈ ਪਰ ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਉਹ ਹੈਗੇ ਯੂਨੀਫਾਰਮ 'ਚ ਜ਼ਿਆਦਾਤਰ ਦਿਖਦੇ ਨੇ ਇਹ ਉਹਨਾਂ ਦੀ ਪਿਕ ਸੀਗੀ ਅਤੇ ਮੈਂ ਉੱਤੋਂ ਦੇਖ ਕੇ ਇਹਨਾਂ ਨੂੰ ਬਣਾਇਆ ਸੁਭਾਸ਼ ਚੰਦਰ ਬੋਸ ਮੈਂ ਲਾਲ ਬਹਾਦੁਰ ਸ਼ਾਸਤਰੀ ਨੇ ਉਹਨਾਂ ਨੂੰ ਵੀ ਪੋਰਟਰੇਟ ਕੀਤਾ ਪੋਰਟਰੇਟ ਬਣਾਇਆ ਇਹ ਚੀਜ਼ ਬੋਰਡਰ ਨੂੰ ਲੈ ਕੇ ਹੈਗੀ ਹੈ ਅੱਜ ਕੱਲ੍ਹ ਮਤਲਬ ਉਹੀ ਟਾਈਮ ਜਿਹੜਾ ਇੰਡੀਆ ਪਾਕਿਸਤਾਨ ਨੂੰ ਲੈ ਕੇ ਇਹ ਵਿਚਾਰਾ ਬੱਚਾ ਉਹਦੀ ਬੇਬਸੀ ਨੂੰ ਦਿਖਾਇਆ ਇਹ ਵੀ ਇੱਕ ਫੋਟੋਗ੍ਰਾਫੀ ਸੀਗੀ ਇਸ 'ਤੇ ਮੈਨੂੰ ਪਸੰਦ ਆਈ ਨਿਊਜ਼ ਪੇਪਰ ਮੈਂ ਜ਼ਰੂਰ ਪੜ੍ਹਨੀ ਆ ਕੁਛ ਚੀਜ਼ ਦਿਖ ਜਾਣਗੇ ਵੀ ਅੱਛੀ ਜੀ ਇਹ ਮੇਰਾ ਫਸਟ ਈਅਰ ਦਾ ਕੰਮ ਸੀਗਾ ਸ਼ਾਇਦ ਹਾਂਜੀ ਅਤੇ ਇਹ ਮੈਂ ਬਲੈਕ ਰੋਟਰੀ ਪੈਨ ਜਿਹੜਾ ਮੈਂ ਕਿਹਾ ਸੀ ਸਟਿਪਲਿੰਗ ਹੈਗੀ ਇਹ ਟੈਕਨੀਕ ਹੁੰਦੀ ਇਹ ਵੀ ਟੈਕਨੀਕ ਹੈ ਅਤੇ ਇਸ 'ਚ ਬਿਲਕੁਲ ਡੋਟ 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 ਕਰਕੇ ਅਸੀਂ ਕੰਮ ਬਣਾਉਂਦੇ ਹਾਂ ਦਰਸ਼ਕਾਂ ਪੇਸ਼ਾ ਤੁਹਾਨੂੰ ਪਤਾ ਹੋਏਗਾ ਰੋਟਰਿੰਗ ਪੈਨ ਦਾ ਜ਼ਿਕਰ ਰੋਟਰਿੰਗ ਪੇਨ ਨੇਮ ਹੈ ਅਦਰਵਾਈਜ਼ ਜਿਹੜਾ ਪੈਨ ਹੈ ਇੱਕ ਬਹੁਤ ਬਾਰੀਕ ਸਿਲੰਡਰ ਹੁੰਦਾ ਉਸ ਤੋਂ ਬਾਰੀਕ ਸੂਈ ਹੁੰਦੀ ਹੈ ਉਹ ਉਹਦੇ 'ਚ ਹਿਲਦੀ ਹੈ ਅਤੇ ਪਿੱਛੇ ਟੈਂਕ ਲੱਗਿਆ ਹੁੰਦਾ ਉਹ ਉਹਨੂੰ ਫਿਲ ਕਰ ਲਈਦਾ ਹੈਗਾ ਉਸਦੇ ਨਾਲ ਇੰਕ ਦੇ ਨਾਲ ਅਤੇ ਜਿਹੜੀ ਉਹਦੀ ਸੂਈ ਹੈਗੀ ਹੈ ਉਹ ਇੰਕ ਨੂੰ ਸੋਫਟ ਫਲੋ ਦੇ ਵਾਸਤੇ ਉਹਦੀ ਕਰੰਟ ਸਿਲੰਡਰ ਤੋਂ ਨਿਕਲ ਕੱਢਣ ਦੀ ਇਜਾਜ਼ਤ ਦਿੰਦੀ ਹੈ ਜਾਂ ਉਹਨੇ ਮਦਦ ਕਰਦੀ ਹੈ ਅਭੀ ਉਸ ਟਾਈਮ ਦਾ ਇਹ ਕੰਮ ਸੀਗਾ ਵਰਟੀਕਲ ਲਾਈਨਸ ਨੂੰ ਲੈ ਕੇ ਕੁਛ ਵੀ ਕੰਪੋਜੀਸ਼ਨ ਬਣਾਉਣੀ ਸੀ ਪੈਨ ਨਾਲ ਇੰਕ ਨਾਲ ਅਤੇ ਸਕਰੂਡਰਿੰਗ ਪੈਨ ਨਾਲ ਆਹ ਇਹਦੀ ਗ੍ਰੀਕ ਲਾਈਨ ਇਹ ਰੋਟਰਿੰਗ ਪੈਨ ਦਾ ਹੀ ਕੰਮ ਹੈ ਅਭੀ ਮੈਂ ਕੁਛ ਇੱਕ ਲੇਆਊਟਸ ਬਣਾਏ ਸੀ ਇਹ ਆਰਟ ਕਾਰਡ ਸ਼ੀਟ ਹੈਗੀ ਹੈ ਇਸ 'ਚ ਮੈਂ ਆਈ ਕੁਛ ਇੱਕ ਆਰਟ ਕਾਰਡ ਵੀ ਹੈਗੇ ਨੇ ਕੁਛ ਇੱਕ ਆਈ ਡੀ ਸ਼ੀਟ ਦੇ ਉੱਤੇ ਵੀ ਟੈਕਸਚਰ ਲੈ ਗਈ ਪਹਿਲੀ ਸਰਵਿਸ 'ਤੇ ਫਿਰ ਉੱਤੇ ਜੋ ਜੋ ਜਗ੍ਹਾ ਬਚ ਗਈ ਹੈ ਉਸ 'ਤੇ ਮੈਂ ਕੁਛ ਇੱਕ ਡਿਜ਼ਾਇਨਿੰਗ ਪਾ ਕੇ ਆਪਣੀ ਇੱਕ ਆਰਟ ਪੀਸ ਤਿਆਰ ਕੀਤਾ ਇਹ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਟੈਕਨੀਕ ਕਿਵੇਂ ਸੀਗੀ ਬੈਕਗਰਾਊਂਡ ਦੀ ਇਹ ਮੈਂ ਦੋ ਸ਼ੀਟਾਂ ਨੂੰ ਲੈ ਕੇ ਇਸਨੂੰ ਮੈਂ ਇੱਕ ਸ਼ੀਟ 'ਚ ਕਲਰ ਕਰਕੇ ਇਹ ਇੰਕ ਹੈਗੀ ਹੈ ਬਲੂ ਇੰਕ ਹੈ ਇੰਕ ਨੂੰ ਸਪਰੈਡ ਕਰਕੇ ਪਾਣੀ ਲਗਾ ਕੇ ਦੂਸਰੀ ਸ਼ੀਟ ਨੂੰ ਦੇ ਉੱਤੇ ਰੱਖ ਕੇ ਅਤੇ ਇਹ ਇੰਪਰੈਸ਼ਨ ਹੁੰਦਾ ਹੈ ਦੋਨੋਂ ਸ਼ੀਟਾਂ ਫਿਰ ਜਿਹੜੀ ਜਗ੍ਹਾ ਬਚ ਗਈ ਉਸ 'ਤੇ ਮੈਂ ਡਰਾਇੰਗ ਆਪਣੀ ਕੀਤੀ ਟੈਕਸਚਰ ਬੜਾ ਅੱਛਾ ਆ ਜਾਂਦਾ ਇਹ ਆਈਵਰੀ ਕੁਛ ਸ਼ੀਟ ਜਾਂ ਆਰਟ ਕਾਰਡ ਸ਼ੀਟ ਲਈ ਹੋਏ ਅਤੇ ਬਹੁਤ ਵਧੀਆ ਟੈਕਸਚਰ ਆਉਂਦਾ ਹੈ ਪਿੱਛੇ ਆਪਣਾ ਵਾਟਰ ਕਲਰ 'ਚ ਕੀਤਾ ਉੱਤੇ ਮੈਂ ਪੈਨਸਿਲ ਕਲਰ ਮਾਰਿਆ ਥੋੜ੍ਹੀ ਅੱਗੇ ਤੁਸੀਂ ਦੇਖੋਗੇ ਇਹ ਮੋਬਾਈਲ ਦੀ ਸਕਰੀਨ ਮੈਂ ਬਣਾਈ ਮੋਬਾਈਲ ਦੀ ਸਕਰੀਨ 'ਤੇ ਮੈਸੇਜਿੰਗ ਜਿਵੇਂ ਆਉਣ ਜਾਣ ਵਾਲਾ ਉਹ ਸਕਰੀਨ ਹੈਗੀ ਇਸ ਮਾਈਕ ਇਸ ਦੇ ਪੁੱਛੀ ਅਤੇ ਜਿਹੜੀ ਫੋਨ 'ਚ ਹੁੰਦੀ ਇਹ ਵੈਬਸਾਈਟ ਈਮੇਲ ਅੱਜ ਕੱਲ੍ਹ ਫੋਨ 'ਚ ਹੀ ਖੋਲ੍ਹ ਕੇ ਅਸੀਂ ਦੇਖਦੇ ਹੋਗੇ ਅਤੇ ਇਹ ਹੈਗੀ ਉਹੀ ਨੰਬਰ ਫੋਨ 'ਚ ਇਹ ਚਾਰਜਰ ਇਹ ਰਿਲਿਸਟਿਕ ਕੰਮ ਸੀ ਅਤੇ ਇਹ 6x4 ਫਿੱਟ ਦਾ ਕੰਮ ਹੈ 4x6 ਅੱਛਾ ਕਾਫੀ ਵੱਡਾ ਕੰਮ ਸੀਗਾ ਓਕੇ ਓਕੇ ਇਹ ਮੈਂ 4th ਈਅਰ 'ਚ ਕੰਮ ਕੀਤਾ ਸੀ ਇਹ ਕੰਮ ਸੀਗਾ ਪੈਨਲਸ 'ਚ 1x1 ਫਿੱਟ ਦੇ 9 ਪੈਨਲ ਸੀਗੇ ਇਹ ਅਤੇ ਇਹ ਕਲਰਸ ਆਫ ਲਾਈਫ ਨੂੰ ਮੈਂ ਡਿਪਿਕਟ ਕੀਤਾ ਹੈ ਨੇਚਰ ਦੇ ਥਰੂ ਇਹ ਹੈਗਾ ਜਿਵੇਂ ਸ੍ਰਿਸ਼ਟੀ ਦਾ ਜਿਵੇਂ ਸਿਰਜਣ ਹੁੰਦਾ ਹੈ ਖਾਲੀ ਇੱਕਦਮ ਧੀਰੇ ਧੀਰੇ ਕੁਦਰਤ ਆਉਂਦੀ ਹੈ ਇੱਕ ਦੋ ਜਾਣੇ ਫਿਰ ਇੱਕ ਜਾਂਦਾ ਹੈ ਫਿਰ ਧੀਰੇ ਧੀਰੇ ਮਾਯੂਸੀ ਹਾਂ ਟੈਰਰਿਜ਼ਮ ਨੂੰ ਲੈ ਕੇ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਸੀ ਅਟੈਕ ਨੂੰ ਲੈ ਕੇ ਉਹ ਮੈਂ ਕੰਮ ਕੀਤਾ ਹੈ ਇਸ 'ਚ ਬੜੀ ਫਾਈਨ ਵਰਕ ਕੀਤਾ ਗਿਆ ਹਾਂਜੀ ਇਹ ਵੀ ਮਤਲਬ ਇਹ ਡਰ ਹੈਗਾ ਇਸਦਾ ਮੈਂ ਥਿੰਕ ਵੀ ਇਹੀ ਦਿੱਤਾ ਸੀਗਾ ਕਿ ਡਰ ਜ਼ਿੰਦਗੀ ਸੀ ਕਿ ਮਤਲਬ ਇਸਮੇਂ ਇਹ ਵੀ ਨਹੀਂ ਪਤਾ ਚੱਲ ਰਿਹਾ ਕਿ ਇਹ ਜੋ ਬੰਦਾ ਇਸ 'ਤੇ ਬੈਠਾ ਹੈ ਇਹ ਡਰ ਰਿਹਾ ਖੁਦ ਜਾਂ ਇਹ ਡਰਾਉਣ ਵਾਲਾ ਹੈ ਇਹ
ਇਹ ਮੈਂ ਜਿਹੜਾ ਤੁਹਾਨੂੰ ਟ੍ਰਿਪ ਕਰਕੇ ਕਿਹਾ ਸੀ, ਟ੍ਰਿਪ ਤੋਂ ਆ ਕੇ ਅਸੀਂ ਪੇਂਟਿੰਗਸ ਬਣਾਉਂਦੇ ਹਾਂ, ਇਹ ਉਹਦਾ ਇੱਕ ਸੀਨ ਮੈਂ ਕ੍ਰੀਏਟ ਕੀਤਾ ਸੀ। ਲੇਕਿਨ ਇਸ 'ਚ ਤੁਸੀਂ ਦੇਖੋਗੇ ਮੇਰਾ ਖੁਦ ਦਾ ਪੋਰਟਰੇਟ ਹੈ, ਸੈਲਫ ਮਤਲਬ ਸੈਲਫ ਆਪਣੀ ਸਟੱਡੀ ਕੀਤੀ ਸੀ ਮੈਂ, ਅਤੇ ਇਸ 'ਚ ਮੈਂ ਦੋ ਨਜ਼ਰੀਏ ਦਿਖਾਏ ਨੇ। ਇਹ ਪਿੱਛੇ ਪਾਣੀ ਹੈ, ਇਹ ਮੇਰਾ ਸੈਕਿੰਡ ਈਅਰ ਦਾ ਕੰਮ ਸੀ, ਮੈਂ ਜ਼ਰੂਰ ਦੱਸਣਾ ਚਾਹੂੰਗੀ ਸ਼ਾਇਦ ਉਹਨਾਂ। ਮੇਰੀ ਸੋਚ ਸੀਗੀ ਉੱਧਰ ਦੀ ਕਿ ਲੋਕ ਕਹਿੰਦੇ ਆ ਕਿ ਅਸੀਂ ਜਦੋਂ ਪਹਿਲੀ ਵਾਰੀ ਅਸੀਂ ਸਮੁੰਦਰ ਦੇਖਿਆ ਸੀ, ਇਹ ਚੇਨਈ ਦਾ ਟ੍ਰਿਪ ਸੀਗਾ, ਇਹ ਪੌਂਡੀਚੇਰੀ ਹੈਗੀ ਜਗ੍ਹਾ, ਅਤੇ ਅਸੀਂ ਜਾਂਦੇ ਹਾਂ ਸਾਨੂੰ ਬਹੁਤ ਸੋਹਣਾ ਲੱਗਦਾ ਦੇਖ ਕੇ ਕਿ ਅਰੇ ਵਾਹ ਸਮੁੰਦਰ ਦੇਖਾ ਹਮਨੇ, ਬੜਾ ਅੱਛਾ, ਇਤਨਾ ਬੜੀਆ ਹੈ। ਲੇਕਿਨ ਮੈਂ ਉੱਧਰ ਇਹ ਦੇਖ ਰਹੀ ਸੀਗੀ ਕਿ ਉੱਧਰ ਦੇ ਲੋਕਾਂ ਨੂੰ ਇਹ ਸਮੁੰਦਰ ਪਸੰਦ ਆਉਂਦਾ ਹੋਊਗਾ, ਕਿਉਂਕਿ ਉੱਧਰ ਨਹੀਂ ਪਤਾ ਚੱਲਦਾ ਕਦੋਂ ਬਾੜ ਆ ਜਾਏ, ਕਦੋਂ ਉਹਨਾਂ ਦਾ ਬੱਸਿਆਂ ਵਸਾਇਆ ਪਿੰਡ ਘਰ ਸਭ ਉਜੜ ਜਾਏ। ਇਹ ਚੀਜ਼ ਹੈਗੀ ਹੈ ਕਿਉਂਕਿ ਬਾਰਿਸ਼ਾਂ ਹੁੰਦੀਆਂ ਨੇ, ਹਾਈ ਟਾਈਡਸ ਹੁੰਦੇ ਨੇ, ਵਿਚਾਰੇ ਲੋਕ ਆਪਣੇ ਘਰ ਵੀ ਉਹਨਾਂ ਦੇ ਇਹੋ ਜਿਹੇ ਬਣੇ ਹੁੰਦੇ ਕਿ ਉਹ ਆਪਣਾ ਬਸ ਸਮਾਨ ਕਰੋ ਚੱਕਦੇ ਨੇ ਚਲੇ ਜਾਂਦੇ, ਉਹਨਾਂ ਦੀ ਕੀ ਲਾਈਫ ਹੈ। ਮੈਂ ਇਸ 'ਚ ਦੋ ਪਹਿਲੂ ਦਿਖਾਏ ਨੇ, ਲੋਕਾਂ ਲਈ ਤਾਂ ਉਹ ਖੂਬਸੂਰਤੀ ਹੈ, ਬਹੁਤ ਸੁੰਦਰ ਹੈ, ਲੇਕਿਨ ਮੈਨੂੰ ਉਹ ਆਗੂ ਵੀ ਲੱਗ ਰਹੀ ਸੀਗੀ ਕਿ ਪਤਾ ਨਹੀਂ ਅੰਦਰ ਕੀ ਹੈਗਾ ਉੱਥੇ, ਪਤਾ ਨਹੀਂ ਕਿੰਨੇ ਲੋਕ ਉਹ 'ਚ ਸਮਾਏ ਹੋਣੇ, ਕਿੰਨਾ ਉਹਨੇ ਤਬਾਹੀ ਵੀ ਕਿੰਨੀ ਕਰੀ ਹੋਣਗੀ ਉਹ ਸਮੁੰਦਰਾਂ ਨੇ। ਅਤੇ ਮੈਂ ਉਸ ਪਹਿਲੂ ਨੂੰ ਲੈ ਕੇ ਕੰਮ ਕੀਤਾ ਸੀ। ਇਸ 'ਚ ਵੀ ਅਵਾਰਡ ਆਇਆ ਸੀ ਮੇਰਾ, ਸੈਕਿੰਡ ਅਵਾਰਡ ਆਇਆ ਸੀ ਇਸ 'ਚ। ਹਾਂ, ਤੁਸੀਂ ਜਗ੍ਹਾ ਸ਼ਾਇਦ ਪਹੁੰਚਾਉਂਦੇ ਹੋਣਗੇ, ਆਰਟ ਗੈਲਰੀ ਦੇ ਬਿਲਕੁਲ ਅੱਗੇ ਜਾ ਕੇ ਮਿਊਜ਼ੀਅਮ ਆਰਟ ਗੈਲਰੀ ਜੀ ਆਰਟ ਗੈਲਰੀ ਦੇ ਵਿੱਚ ਇੱਕ ਹੈਗੀ ਜਗ੍ਹਾ, ਕਲਰਸ ਨੂੰ ਲੈ ਕੇ ਇਸ 'ਚ ਕੰਮ ਸੀਗਾ। ਇਹ ਸ਼ਾਇਦ ਕੰਪੋਜ਼ਰ ਵੰਚ ਮੈਂ ਲਾਈ ਸੀਗੀ ਪੇਂਟਿੰਗ, ਹਾਂਜੀ, ਇਹ ਵੀ ਫ੍ਰੀ ਬੈਗ ਹੀ ਮੈਂ ਕੰਮ ਕੀਤਾ ਸੀ। ਅਤੇ ਇਸ 'ਚ ਵੀ ਤੁਸੀਂ ਦੇਖੋਗੇ ਬਿਲਕੁਲ ਕਲਰਸ ਜਿਹੜੇ ਹੈਗੇ ਨੇ, ਸਤਾਰਾਂ ਦੇ ਕਲਰਸ ਨੇ, ਸਟਾਰਸ ਦੇ ਕਲਰਸ ਨੇ, ਦਿਨਾਂ ਦੇ ਵੀ ਕਲਰਸ ਕਹਿ ਸਕਦੇ ਹਾਂ ਅਸੀਂ, ਮੰਡੇ, ਟਿਊਜ਼ਡੇ, ਵੈਡਨਸਡੇ, ਹਰੇਕ ਦਾ ਅਲੱਗ ਅਲੱਗ ਕਲਰ ਹੁੰਦਾ। ਇਹ ਧਰਤੀ ਦਾ ਕਲਰ, ਆਕਾਸ਼ ਦਾ ਕਲਰ ਵਿੱਚ ਜ਼ਿੰਦਗੀ ਦੇ ਕਲਰਸ ਤੁਸੀਂ ਕਹਿ ਸਕਦੇ ਹਾਂ। ਦਰਸ਼ਕੋ ਇਹ ਸੀਗੇ ਨੇਹਾ ਮਹਾਜਨ ਦੇ ਨਾਲ ਮੁਲਾਕਾਤ, ਤੋਂ ਉਹਦੇ ਕੁਛ ਪੇਂਟਿੰਗਸ ਦੇ, ਕੁਛ ਪੇਂਟਿੰਗਸ ਫਰੇਮਡ ਹੈਗੀਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ। ਇਹਦੇ 'ਚ ਕੀ ਡਿਪਿਕਟ ਕਰਨ ਦੀ ਕੋਸ਼ਿਸ਼ ਕੀਤੀ ਸੀ? ਇਹ ਫਿਸ਼ ਐਕੁਆਰੀਅਮ ਬਣਾਇਆ ਸੀ ਅਸੀਂ, ਅਤੇ ਇਸ 'ਚ ਸਾਡਾ ਇਹ ਮੇਰਾ ਫਸਟ ਈਅਰ ਦਾ ਕੰਮ ਹੈ, ਅਤੇ ਹਾਂਜੀ ਉਸ 'ਚ ਸਾਨੂੰ ਇੱਕ ਪ੍ਰੋਜੈਕਟ ਹੀ ਮਿਲਿਆ ਸੀਗਾ। ਤੁਸੀਂ ਕਿਹਾ ਜਿਵੇਂ ਟੀਚਰ ਨੇ ਕਿਹਾ ਕਿ ਹਾਂ ਇੱਦਾਂ ਦਾ ਕੁਛ ਬਣਾ, ਅਤੇ ਇੱਕ ਉਹ ਸੀਗੀ, ਪਰ ਇਹ ਕੰਮ ਕਾਫੀ ਅੱਛਾ ਨਿਕਲਿਆ ਕਿ ਮੈਂ ਇਹਨੂੰ ਰੱਖਿਆ ਆਪਣੇ ਕੋਲ ਕਿ ਫਿਸ਼ ਐਕੁਆਰੀਅਮ ਹੈ, ਗ੍ਰੇਡੀਏਸ਼ਨਸ ਨੇ, ਕਲਰਸ ਦੀ ਹੈਗੀ ਬਿਲਕੁਲ ਡਾਰਕ ਟੋਨ ਤੋਂ ਲੈ ਕੇ ਇੱਕਦਮ ਲਾਈਟ ਟੋਨ ਕਰਦੇ ਕਰਦੇ ਇਹ ਪੂਰਾ ਇੱਕ ਆਰਟਵਰਕ ਕ੍ਰੀਏਟ ਕੀਤਾ ਗਿਆ। ਇਹ ਪੇਂਟਿੰਗ ਜਿਹੜੀ ਹੈਗੀ ਹੈ ਇਹ ਕਿਸ ਤਕਨੀਕ ਦੀ ਅਤੇ ਕਿਸ ਸਰਫੇਸ 'ਤੇ ਬਣੀ ਹੈ? ਇਹ ਆਈਵਰੀ ਸ਼ੀਟ 'ਚ ਬਣੀ ਹੋਈ ਹੈ, ਅਤੇ ਇਹ ਟੈਕਨੀਕ ਇਹ ਮੈਂ ਕਹਾਂਗੀ ਕਿ ਇੱਕ ਐਕਸਪੈਰੀਮੈਂਟ ਹੈ, ਕੁਰੂਕਸ਼ੇਤਰ ਸੀਗੀ ਇਹ, ਹੁਣ
ਦਾ ਕੰਮ ਹੈ ਮਾਸਟਰਸ ਲੈਵਲ ਦਾ ਕਹਿੰਦੇ ਆ ਰਿਅਲਿਸਟਿਕ ਤੋਂ ਐਬਸਟ੍ਰੈਕਟ ਜਾਣਾ ਕਾਫੀ ਮਤਲਬ ਠੀਕ ਰਹਿੰਦਾ ਹੈ ਕਿ ਜੇ ਸਾਨੂੰ ਫੋਰਮਸ ਦਾ ਪਤਾ ਹੈ ਤਾਂ ਅਸੀਂ ਉਹਨੂੰ ਐਬਸਟ੍ਰੈਕਟ ਵੀ ਕਰ ਸਕਦੇ ਹਾਂ ਮੈਂ ਡਾਂਸਿੰਗ ਦੇ ਉੱਤੇ ਕੰਮ ਕੀਤਾ ਸੀਗਾ ਡਾਂਸਿੰਗ ਸੀਰੀਜ਼ ਦੇ ਉੱਤੇ ਅਤੇ ਮੈਂ ਬਾਅਦ 'ਚ ਖਾਲੀ ਫੋਰਮ ਖਾਲੀ ਇੱਕ ਡਾਂਸਿੰਗ ਮੂਵਮੈਂਟਸ ਨੂੰ ਲੈ ਕੇ ਮੈਂ ਆ ਗਈ ਸੀਗੀ ਕਿ ਹਾਂ ਸਿਰਫ ਇੱਕ ਕਿਤੇ ਹੱਥ ਜਾ ਰਹੇ ਕਿਤੇ ਪੈਰ ਜਾ ਰਹੇ ਕਿਤੇ ਕੁਛ ਉਸਨੂੰ ਲੈ ਕੇ ਕੀਤਾ ਸੀ ਅਤੇ ਇਹ ਮੈਂ ਉਹੀ ਟੈਕਨੀਕ ਜਿਹੜੀ ਤੁਸੀਂ ਦੇਖੀ ਸੀ ਦੋ ਸ਼ੀਟਾਂ ਨੂੰ ਮਿਲਾ ਕੇ ਰੱਖ ਕੇ ਫਿਰ ਬਾਅਦ 'ਚ ਉੱਤੇ ਕੰਮ ਕੀਤਾ ਸੀ ਉਹਨਾਂ ਦੇ ਉੱਤੇ ਤਿੰਨ ਚਾਰ ਕਲਰ ਸਪਰੇ ਕਰਕੇ ਬਲੂ ਲਾਲ ਕਲਰ ਸਪਰੇ ਕਰਕੇ ਅਤੇ ਉੱਤੇ ਮੈਂ ਬਾਅਦ 'ਚ ਰੋਲਰ ਨਾਲ ਵੀ ਕੰਮ ਕੀਤਾ ਹੈ ਰੋਲਰ ਟਾਈਪ ਯੂਜ਼ ਕੀਤਾ ਹੋਇਆ ਹਾਂਜੀ ਇਹ ਮਿਨੀਏਚਰ ਵੀ ਹੈ ਅਤੇ ਇਹ ਵਾਸ਼ ਵੀ ਹੈ ਇਹ ਵਾਸ਼ ਟੈਕਨੀਕ ਦਾ ਕੰਮ ਹੈ ਇਹ ਮੈਂ ਤੁਹਾਨੂੰ ਉਸ ਟਾਈਮ ਕਹਿਣਾ ਭੁੱਲ ਗਈ ਸੀ ਥੋੜ੍ਹਾ ਕਿ ਥਰਡ ਈਅਰ 'ਚ ਸਾਡੀ ਵਰਕਸ਼ਾਪ ਲੱਗੀ ਸੀ ਅਤੇ ਰਜਿੰਦਰ ਪ੍ਰਸਾਦ ਨੇ ਬੜੌਦਾ ਦੇ ਸ਼ਾਇਦ ਆਰਟਿਸਟ ਨੇ ਉਹ ਉੱਧਰ ਆਏ ਸੀ ਅਤੇ ਉਹਨਾਂ ਨੇ ਕਾਫੀ ਅੱਛਾ ਇਸ ਬਾਰੇ ਸਾਨੂੰ ਨੌਲੇਜ ਦਿੱਤੀ ਹਫ਼ਤਾ ਉਹ ਸਾਡੇ ਨਾਲ ਹੀ ਰਹੇ ਸਾਡੀ ਕਲਾਸ 'ਚ ਹੀ ਰਹੇ ਅਤੇ ਸਾਨੂੰ ਵਾਸ਼ ਪੇਂਟਿੰਗ ਦੇ ਨਾਲ ਮਿਲਾਇਆ ਕੀ ਹੁੰਦੀ ਆ ਵਾਸ਼ ਪੇਂਟਿੰਗ ਅਸੀਂ ਵੀ ਇੱਕ ਇੱਕ ਦੋ ਦੋ ਕੰਮ ਕੀਤੇ ਸੀ ਉਸ 'ਚ ਅਤੇ ਇਹ ਟੈਕਨੀਕ ਸ਼ੀਟ 'ਚ ਹੋਈ ਸੀ ਕਾਫੀ ਮਤਲਬ ਕੈਂਸਿੰਗ ਸ਼ੀਟ ਹੁੰਦੀ ਆ ਕਾਫੀ ਮਹਿੰਗੀ ਹੁੰਦੀ ਹੈ ਅਤੇ ਕਾਫੀ ਕੈਂਸਰ ਹਾਂ ਕੈਂਸੀ ਅਤੇ ਉਹ ਉਸਨੂੰ ਕਾਫੀ ਕਿਉਂਕਿ ਉਸ ਪਾਣੀ 'ਚ ਬਹੁਤ ਜ਼ਿਆਦਾ ਉਹਨੂੰ ਰੱਖਿਆ ਜਾਂਦਾ ਹੈ ਪਾਣੀ 'ਚ ਰੱਖ ਕੇ ਫਿਰ ਅਸੀਂ ਕੋਟਿੰਗ ਕਰਕੇ ਫਿਰ ਪਾਣੀ 'ਚ ਫਿਰ ਮਤਲਬ ਇਹਦੀ ਕਾਫੀ ਲੰਬਾ ਪ੍ਰੋਸੈਸ ਹੈ ਅਤੇ ਉਹਨਾਂ ਦੇ ਕੰਮ ਬਹੁਤ ਹਾਂਜੀ ਹਾਂਜੀ ਅਤੇ ਉਹਨਾਂ ਨੇ ਵੀ ਸਾਡੇ ਨਾਲ ਮਿਲ ਕੇ ਕੰਮ ਕੀਤਾ ਸੀ ਅਤੇ ਇਹ ਟੈਕਨੀਕ ਮੈਂ ਉੱਥੋਂ ਸਿੱਖੀ ਇਹ ਵੀ ਅਸੀਂ ਦੌਰਾਨ ਕੀਤਾ ਹੋਇਆ ਥਰਡ ਈਅਰ 'ਚ ਸਾਨੂੰ ਮਿਨੀਏਚਰ ਵੀ ਸਬਜੈਕਟ ਸੀ ਕਿ ਮਿਨੀਏਚਰ 'ਚ ਵੀ ਕੁਛ ਕੰਮ ਕਰਨਾ ਸੀ ਸਾਨੂੰ ਅਤੇ ਆਹ ਕੰਪੋਜੀਸ਼ਨ ਵੀ ਮੈਂ ਸ਼ਾਇਦ ਇੱਕ ਮਿਠਾਈ ਦਾ ਡੱਬਾ ਸੀ ਉਹਦੇ ਉੱਤੇ ਬਣੀ ਹੋਈ ਸੀ ਮੈਂ ਉੱਥੋਂ ਲਈ ਕੰਪੋਜੀਸ਼ਨ ਰਾਧਾ ਕ੍ਰਿਸ਼ਨ ਜੀ ਹੈਗੇ ਨੇ ਅਤੇ ਬੈਕਗਰਾਊਂਡ 'ਚ ਵੀ ਸਾਰਾ ਡਿਜ਼ਾਇਨਿੰਗ ਦਾ ਹੀ ਕੰਮ ਹੈ ਸਾਰਾ ਮਤਲਬ ਖੁਦ ਦੇ ਇਹਨਾਂ ਦੀ ਵੀ ਬਿਲਕੁਲ ਬਰੀਕੀ ਇਹ ਕੰਮ ਵੀ ਬਹੁਤ ਸਰਾਇਆ ਗਿਆ ਸੀ ਇਹ ਕਪਲ ਦਾ ਮੰਚ ਵੀ ਲਗਾਇਆ ਮਿਨੀਏਚਰ ਵਰਕ ਹੋਇਆ ਇਸ ਵਿੱਚ ਕਦੇ ਵੀ ਫੇਸ ਫਰੰਟਲ ਫੇਸ ਨਹੀਂ ਹੋਇਆ ਹਮੇਸ਼ਾ ਸਾਈਡ ਉੱਤੇ ਰੱਖਿਆ ਗਿਆ ਕਿਉਂਕਿ ਉਹ ਟੈਕਨੀਕ ਸੀ ਕੁਝ ਉਹ ਕਰਕੇ ਉਹਦੀ ਟੈਕਨੀਕ ਸੀਗੀ ਅਦਰਵਾਈਜ਼ ਇਹਦੀ ਜਿਹੜੀ ਫਰੰਟਲ ਤੁਸੀਂ ਕਰਦੇ ਜਾਂ ਪ੍ਰੋਫਾਈਲ ਰੱਖਦੇ ਉਹਦੀ ਕੰਟਰੋਲਿੰਗ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਹੈ ਜਿੰਨੀ ਚੀਜ਼ ਬਾਰੀਕ ਹੋਏਗੀ ਉਹਨੇ ਕੰਟਰੋਲ ਉਹਦਾ ਮੈਂ ਰੀਜ਼ਨ ਵੀ ਦੱਸਦੀ ਹਾਂ ਕਿ ਉਹਦਾ ਰੀਜ਼ਨ ਹੈ ਵੀ ਫਰੰਟ 'ਚ ਆ ਕੇ ਸਾਨੂੰ ਲਾਈਟ ਸ਼ੇਡ ਦੀ ਜ਼ਰੂਰਤ ਮੇਰੇ ਕੋਲ ਹੈ ਸੋ ਇਹਦੇ 'ਚ ਇਸ 'ਚ ਨਹੀਂ ਹੁੰਦੀ ਇਸ 'ਚ ਸਿਰਫ ਕਿਉਂਕਿ ਫਲੈਟ ਕਲਰ ਅਪਲਾਈ ਹੁੰਦਾ ਹੈ ਅਤੇ ਉਸ 'ਚ ਜ਼ਿਆਦਾ ਟੂਲ ਦੀ ਜ਼ਰੂਰਤ ਨਹੀਂ ਇੱਕ ਗੱਲ ਜ਼ਿਕਰ ਹੋਇਆ ਸੀਗਾ ਵਾਸ਼ ਦਾ ਤੁਸੀਂ ਲਾਈਨ ਐਂਡ ਵਾਸ਼ ਕੰਮ ਕੀਤਾ ਹੈ ਅੱਗੇ ਵੀ ਆ ਗਿਆ ਠੀਕ ਹੈ ਦਿਸ ਇਜ਼ ਲਾਈਨ ਐਂਡ ਵਾਸ਼ ਤੁਸੀਂ ਉਸ ਚੀਜ਼ ਨੂੰ ਮਿਨੀਏਚਰ ਪੇਂਟਿੰਗਸ ਨੂੰ ਉਸਦੇ ਵਿੱਚ ਮਰਜ ਕੀਤਾ ਕਿਉਂਕਿ ਉਹਦੇ ਵਿੱਚ ਲਾਈਨ ਐਂਡ ਵਾਸ਼ ਨਹੀਂ ਹੈ ਇਹ ਜਿਹੜੇ ਬਲੈਕ ਸਟੋਕ ਕਲਰ ਲਗਾ ਕੇ ਫਿਰ ਜਿਹੜਾ ਤੁਸੀਂ ਵਾਸ਼ ਕੀਤਾ ਜਾਂ ਕਲਰ ਲਗਾ ਕੇ ਦੁਬਾਰਾ ਉੱਤੇ ਟਰਾਈ ਕੀਤੀ ਹੈ ਦੈਟ ਇਜ਼ ਲਾਈਨ ਐਂਡ ਵਾਸ਼ ਪੈਨਸਿਲ ਕਲਰਸ ਨਾਲ ਹੈਗੇ ਸਟੈਲਰਸ ਅਤੇ ਇਹ ਨੇਚਰ ਹੈ ਨੇਚਰ ਨੂੰ ਮੈਂ ਫਿਰ ਉਹੀ ਛੋਟੀ ਸ਼ੀਟਾਂ 'ਚ ਮੈਂ ਇਹਨੂੰ ਡਰੋਅ ਕੀਤਾ ਪੇਂਟਿੰਗ ਡਰੋਇੰਗ ਕੀਤੀ ਗਲੈਰੀ ਹੈ ਕੋਈ ਪੜਦੀ ਇੱਕ ਫੋਟੋਗ੍ਰਾਫ ਸੀਗੀ ਫੋਟੋਗ੍ਰਾਫ ਨੂੰ ਮੈਂ ਸਟੈਡਲਰ ਨਾਲ ਪੈਨਸਿਲ ਕਲਰ ਨਾਲ ਕਾਫੀ ਸਟਿਕ ਕਾਫੀ ਮਿਹਨਤ ਲੱਗੀ ਸੀ ਦੇਖ ਕੇ ਬਾਲ ਨੂੰ ਕਰਨ ਲਈ ਅਤੇ ਉਸੇ ਤਰ੍ਹਾਂ ਹੀ ਉਹ ਵਰਡਸ ਨੇ ਇਹ ਫੋਟੋਗ੍ਰਾਫ ਸੀਗੀ ਇਹ ਮਾਈਗ੍ਰੇਟਿਡ ਬਰਡਸ ਹੁੰਦੇ ਨੇ ਇੱਧਰ ਇੱਦਾਂ ਦੇ ਦਿਖਦੇ ਨੇ ਪਕਸ਼ੀ ਇਹ ਕਦੇ ਕਦੇ ਆਉਂਦੇ ਨੇ ਸੀਜ਼ਨ 'ਚ ਫਿਰ ਉੜ ਕੇ ਚਲੇ ਜਾਂਦੇ ਉਹਨਾਂ ਦੀ ਫੋਟੋਗ੍ਰਾਫ ਸੀਗੀ ਮੇਰੇ ਕੋਲ ਅਤੇ ਮੈਂ ਉਹ ਫੋਟੋਗ੍ਰਾਫ ਨੂੰ ਕਲਰਸ ਨਾਲ ਪੈਨਸਿਲ ਕਲਰਸ ਨਾਲ ਉਹਨੂੰ ਦਿਖਾਇਆ ਇਹ ਸਫ਼ਰ ਸੀਗਾ ਨੇਹਾ ਦਾ ਸਕੂਲ ਤੋਂ ਲੈ ਕੇ ਅੱਜ ਤੱਕ ਦੇ ਫਾਈਨ ਆਰਟਸ ਦੇ ਨਾਲ ਹੋਰ ਗਹਿਰਾਈ 'ਚ ਜਾਂਦੇ ਅਰਦਾਸ ਕਰਦੇ ਹਾਂ ਕਿ ਨੇਹਾ ਬੁਲੰਦੀਆਂ ਨੂੰ ਛੋਏ ਤਰੱਕੀ ਕਰੇ ਅਤੇ ਬਜ਼ੁਰਗਾਂ ਸਾਡਾ ਬਜ਼ੁਰਗਾਂ ਦਾ ਨਾਂ ਰੋਸ਼ਨ ਕਰੇ ਗੋਡ ਬਲੈਸ ਯੂ ਥੈਂਕ ਯੂ